ਪੰਜਾਬ ਦੇ ਪੁੱਤ, ਪੰਜ ਦਰਿਆਵਾਂ ਦੇ ਪੁੱਤ ਜਿਹੜੇ ਹੈ ਉਹ ਅੱਜ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹੈ। ਔਰ ਇਹ ਸਰਕਾਰ ਅੱਜ ਸਾਡਾ ਅਰਬਾਂ ਰੁਪਏ ਦਾ ਪਾਣੀ ਪਾਕਿਸਤਾਨ ਨੂੰ ਸਿਰਫ ਇਸ ਕਰਕੇ ਭੇਜ ਰਹੀ ਹੈ ਕਿ ਇੱਕ ਰਿਕਾਰਡ ਬਣ ਜੇ ਕਿ ਪੰਜਾਬ ਦੇ ਕੋਲ ਫਾਲਤੂ ਪਾਣੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਪੰਜਾਬ ਦਾ। ਸੋ ਇਹ ਪਾਣੀ ਅੱਜ ਪਾਕਿਸਤਾਨ ਨੂੰ ਜਾ ਰਿਹਾ ਵੀਰੋ। ਦੋਸਤੋ, ਇਸ ਵੇਲੇ ਅਸੀਂ ਖੜੇ ਹਾਂ ਪਾਕਿਸਤਾਨ ਬਾਰਡਰ ਦੇ ਬਿਲਕੁਲ ਨੇੜੇ। ਇਹ ਦਰਿਆ ਜਿਹੜਾ ਸਤਲੁਜ ਦਰਿਆ, ਜਿਹਦਾ ਕੁਛ ਹਿੱਸਾ ਇੰਡੀਆ ਚ ਵਗਦਾ, ਬਾਕੀ ਸਾਰਾ ਪਾਕਿਸਤਾਨ ਦੇ ਵਿੱਚ ਹੈ। ਜਦੋਂ ਇਹ ਸੈਨੀਵਲ ਹੈਡ ਤੋਂ ਪਾਣੀ ਛੱਡਿਆ ਜਾਂਦਾ ਤਾਂ ਸਿਰਫ ਇੰਨਾ ਹਿੱਸਾ ਇਹ ਇੰਡੀਆ ਦੇ ਵਿੱਚ ਹੈ। ਤੇ ਅੱਜ ਮੈਂ ਇਸ ਲਈ ਇੱਥੇ ਆਇਆ ਤੁਹਾਨੂੰ ਦਿਖਾਉਣ ਵਾਸਤੇ ਕਿ ਪੰਜਾਬ ਦੇ ਵਿੱਚ ਅੱਜ ਕੱਲ 47 ਡਿਗਰੀ ਟੈਂਪਰੇਚਰ ਹੈ। ਫਰੀਦਕੋਟ ਤੋਂ ਚੱਲਿਆ 15 ਨਹਿਰਾਂ ਕੱਸੀਆਂ ਖਾਲੀ ਪਈਆਂ, ਸਿਰਫ ਰਾਜਸਥਾਨ ਕਨਾਲ ਤੇ ਗੰਗ ਕਨਾਲ ਭਰੀਆਂ ਨੱਕੋ ਨੱਕ ਵਗ ਰਹੀਆਂ, ਬਾਕੀ ਸਭ ਜਿਹੜੀਆਂ ਨਹਿਰਾਂ ਉਹ ਕੱਸੀਆਂ ਸੁੱਕੀਆਂ ਪਈਆਂ। ਔਰ ਇਸ ਵੇਲੇ ਇਸ ਦਰਿਆ ਤੋਂ ਪਾਰ ਜਿਹੜਾ ਪਿਛਲੇ ਪਾਸੇ ਵੀ ਕੋਈ ਪਾਣੀ ਨਹੀਂ ਲੱਗਦਾ, ਇਸ ਦਰਿਆ ਦੇ ਵਿੱਚ ਫਲੱਡ ਆ ਗਿਆ। ਫਲੱਡ ਆਉਣ ਦੇ ਨਾਲ ਇਹ ਸਾਡੀ ਗੱਡੀਆਂ ਵੀ ਪਿੱਛੇ ਰੁਕ ਗਈਆਂ, ਪਰ ਟਰੈਕਟਰਾਂ ਤੇ ਚੜ੍ਹ ਕੇ ਅਸੀਂ ਤੇ ਪਹੁੰਚੇ। ਤੇ ਇਹ ਜਿਹੜੀ ਅੱਜ ਆ ਦੇਖੋ ਇਧਰਲੇ ਪਾਸੇ ਦਿਖਾਓ ਜੀ, ਇਹ ਕਿੱਡਾ ਵੱਡਾ ਦਰਿਆ ਭਰਿਆ, ਕਿੰਨੀਆਂ ਨਹਿਰਾਂ ਦਾ ਪਾਣੀ ਹੋਊਗਾ, ਦੇਖੋ ਕਿੱਥੋਂ ਤੱਕ ਇਹ ਦਰਿਆ ਵਗ ਰਿਹਾ। ਇਹਨੂੰ ਕੈਪਸੂਲਾਂ ਦਾ ਪੁਲ ਕਹਿੰਦੇ ਆ। ਇਸ ਪੁਲ ਦੀਆਂ ਵੀ ਸਮੱਸਿਆ ਉਹਦੀ ਮੈਂ ਬਾਅਦ ਚ ਗੱਲ ਕਰਦਾ। ਸੋ ਇਹ ਪਾਣੀ ਅੱਜ ਪਾਕਿਸਤਾਨ ਨੂੰ ਜਾ ਰਿਹਾ ਵੀਰੋ, ਜਦੋਂ ਕਿ ਪੰਜਾਬ ਪਿਆਸਾ ਮਰ ਰਿਹਾ। ਪੰਜਾਬ ਦੇ ਪੁੱਤ, ਪੰਜ ਦਰਿਆਵਾਂ ਦੇ ਪੁੱਤ ਜਿਹੜੇ ਹੈ ਉਹ ਅੱਜ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹੈ। ਤੇ ਸਾਡੀ ਮੋਦੀ ਸਰਕਾਰ ਜਿਹੜੀ ਰਾਸ਼ਟਰਵਾਦ ਦੇ ਨਾਂ ਤੇ ਬਣੀ ਹੈ, ਔਰ ਇਹ ਸਰਕਾਰ ਅੱਜ ਸਾਡਾ ਅਰਬਾਂ ਰੁਪਏ ਦਾ ਪਾਣੀ ਪਾਕਿਸਤਾਨ ਨੂੰ ਸਿਰਫ ਇਸ ਕਰਕੇ ਭੇਜ ਰਹੀ ਹੈ ਕਿ ਇੱਕ ਰਿਕਾਰਡ ਬਣ ਜੇ ਕਿ ਪੰਜਾਬ ਦੇ ਕੋਲ ਫਾਲਤੂ ਪਾਣੀ ਹੈ, ਇਹ ਪਾਣੀ ਖੋਇਆ ਜਾਵੇ ਪੰਜਾਬ ਦਾ, ਪੰਜਾਬ ਨੂੰ ਰੇਗਿਸਤਾਨ ਤੇ ਬੰਜਰ ਬਣਾਇਆ ਜਾ ਸਕੇ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਪੰਜਾਬ ਦਾ। ਨਹੀਂ ਤਾਂ ਮੈਂ ਪਿੱਛੇ ਦੇਖ ਕੇ ਕਿਸਾਨਾਂ ਦੀਆਂ ਪਨੀਰੀਆਂ ਸੁੱਕ ਰਹੀਆਂ। ਇਸ ਪਿੰਡ ਦੇ ਜਿਹੜਾ ਪਿਛਲਾ ਪਿੰਡ ਹੈ, ਦੋਨੇ ਮੱਤੜ ਦੇ ਵਿੱਚ 90 ਫੁੱਟ ਤੇ ਪਾਣੀ ਡੂੰਘਾ, ਔਰ ਇੱਥੇ ਕੋਈ ਪਾਣੀ ਨਹੀਂ ਲੱਗਦਾ ਨਹਿਰਾਂ ਦਾ। ਸਰਦਾਰ ਸਾਹਿਬ, ਤੁਹਾਡੇ ਪਿੰਡਾਂ ਨੂੰ ਨਹਿਰਾਂ ਦਾ ਪਾਣੀ ਲੱਗਦਾ? ਨਹੀਂ ਜੀ, ਲੱਗਦਾ ਸਾਨੂੰ। ਆਉਂਦਾ ਕੋਈ ਪਾਣੀ? ਨਹੀਂ ਜੀ ਨਹੀਂ। ਸਰਪੰਚ ਸਾਹਿਬ, ਤੁਸੀਂ ਸਰਪੰਚ ਹੋ? ਹਾਂਜੀ। ਕਿਹੜੇ ਪਿੰਡ ਦੇ? ਖਾਲੇ ਢਹਿ ਗਏ ਨੇ। ਹਾਂਜੀ, ਖਾਲੇ ਵੀ ਸਾਡੇ ਦੇ ਢਹਿ ਗਏ ਨੇ। ਖਾਲੇ ਵੀ ਢਹਿ ਗਏ, ਹੁਣ ਕੋਈ ਪਾਣੀ ਨਹੀਂ ਆਉਂਦਾ। ਪਾਣੀ ਅੱਕਿਆ ਨੇ ਬੰਦ ਕਰਤੇ ਨੇ। ਦਰਿਆ ਦੇ ਵਿੱਚ 1 ਜੂਨ ਨੂੰ, ਅੱਜ 6 ਜੂਨ ਆ, ਫਲੱਡ ਆਇਆ ਹੋਇਆ ਤੇ ਪੰਜ ਦਰਿਆਵਾਂ ਦੇ ਪੁੱਤ ਜਿਹੜੇ ਪਾਰਲੇ ਪਾਸੇ ਦਰਿਆ ਦੇ ਨਾਲ ਬੈਠੇ ਆ ਚੜ੍ਹਦੇ ਵਾਲੇ ਪਾਸੇ, ਉਹਨਾਂ ਦੇ ਖਾਲੇ ਵੀ ਢਹਿ ਗਏ ਆ। ਤੁਹਾਡੀਆਂ ਕੱਸੀਆਂ ਵੀ ਮੈਂ ਵੇਖ ਕੇ ਆਇਆ ਪਿੱਛੇ, ਉਹਦੀ ਪਟਾਈ ਖਟਾਈ ਕਦੇ ਨੀ ਹੋਈ, ਕੁਛ ਨਹੀਂ ਹੋਈ ਨੀ। ਵਿੱਚ ਉਹਦੇ ਚ ਬਹੁਤ ਕੂੜਾ, ਕਰਕਟ, ਗੰਦ, ਪਿੱਲ ਪਿਆ ਤੇ ਉੱਗਿਆ ਹੋਇਆ ਬਹੁਤ ਸਾਰਾ ਸਰਕੰਡਾ। ਤੇ ਸਰਦਾਰ ਸਾਹਿਬ, ਇਹ ਕੀ ਕਾਰਨ ਹੈ ਕਿ ਅੱਜ ਜਦੋਂ ਪੰਜਾਬ ਪਾਣੀ ਤੋਂ ਪਿਆਸਾ ਬੈਠਾ, ਇਹ ਹਜ਼ਾਰਾਂ ਕਿਊਸਿਕ ਪਾਣੀ ਇਹ ਦੂੰਗਾ ਸਾਰਾ ਪਾਕਿਸਤਾਨ ਹੀ ਹੈ, ਪਾਕਿਸਤਾਨ ਨੂੰ ਜਾ ਰਿਹਾ, ਉਹਦਾ ਕੀ ਕਾਰਨ ਹੋ ਸਕਦਾ? ਇਹਦਾ ਕਾਰਨ ਮੈਂ ਤੁਹਾਨੂੰ ਦੱਸਣਾ। ਹਾਂਜੀ, ਇਹ ਜਦੋਂ ਆਪਣੇ ਕੋਲ ਵੋਟਾਂ ਲਈਆਂ ਨੇ ਨਾ, ਬੜੀ ਪਾਲਿਸੀ ਨਾਲ ਸਾਨੂੰ ਤਾਂ ਪਤਾ ਲੱਗ ਚੁੱਕਿਆ ਕਿਸਾਨ ਯੂਨੀਅਨ ਦਾ, ਅਸੀਂ ਮੈਂ ਮੈਂਬਰ ਆ। ਅੱਛਾ ਜੀ। ਕਿਸਾਨ ਯੂਨੀਅਨ ਜੇ, ਮੇਰਾ ਬੇਟਾ ਜਿਹੜਾ ਸਕੱਤਰ ਏ, ਸਾਨੂੰ ਤਾਂ ਖਾਸ ਕਰਕੇ ਪਤਾ ਲੱਗ ਗਿਆ ਵੀ ਪੰਜਾਬ ਨੂੰ 7% ਪਾਣੀ ਰਹਿਣ ਦੇਣਾ ਹੈ, ਬਾਕੀ ਖੋਹ ਲੈਣਗੇ। ਬਾਕੀ ਖੋਹ ਲੈਣ ਦੇ 57 ਆਏ ਹੁਣ ਆਪਣੇ ਕੋਲ, 50% ਪਾਣੀ ਤੁਹਾਡਾ ਚਲਾ ਜਾਣਾ ਜੀ। ਅੱਛਾ, ਨਾ ਆਪਾਂ ਨੂੰ ਨਹਿਰ ਦਾ ਪਾਣੀ ਮਿਲਣਾ ਹੈ, ਨਾ ਕੁਛ ਮਿਲਣਾ ਹੈ। ਇਹ ਸਾਰੀ ਉਹ ਸਾਜ਼ਿਸ਼ ਜਿਹੜੀ ਮੈਂ ਗੱਲ ਕੀਤੀ ਹੈ। ਸਾਡਾ, ਤੁਸੀਂ ਸਹਿਮਤ ਇਸ ਗੱਲ ਨਾਲ? ਸਮਝਿਆ। ਜੋ ਸਰਪੰਚ ਸਾਹਿਬ ਸਹਿਮਤ ਹੋ? ਸਾਡਾ ਕੇਸ ਵੀ ਲੱਗ ਗਿਆ ਹੈ ਰਾਜਪਾਲ ਦੀ ਗੱਲ ਹੈ, ਚੰਡੀਗੜ੍ਹ ਦੇ ਪਾਣੀ ਪਿੱਛੇ। ਅੱਛਾ ਅੱਛਾ, ਝਗੜਦੇ ਆ ਅਸੀਂ। ਹਾਂ, ਉੱਥੇ ਛਾਟਾਂ ਵੱਜੀਆਂ ਵੇਖੀਆਂ ਹੀ ਨੀ ਤੂੰ? ਹਾਂ, ਚੰਡੀਗੜ੍ਹ ਥੋੜੇ ਦਿਨ ਪਹਿਲਾਂ ਧਰਨਾ ਲੱਗਿਆ ਸੀ। ਧਰਨਾ ਲੱਗਾ ਸੀ, ਮੇਰਾ ਬੇਟਾ ਵੀ ਉੱਥੇ ਸੀ, ਉਹਦੀ ਅੱਖ ਚ ਪਾਣੀ ਵੱਜਾ, ਲੱਕ ਦੇ ਜੁੱਤੀ ਹੁੰਦੀ ਉੱਥੇ ਰਹਿ ਗਈ, ਪਰਨਾ ਰਹਿ ਗਿਆ, ਪੱਗਾਂ ਲੈ ਗਈਆਂ ਸਰਦਾਰਾਂ ਦੀਆਂ ਇਹ ਜੀਆਂ। ਕੀ ਸਾਨੂੰ ਇਹਦੀਆਂ ਸਰਕਾਰਾਂ ਦਾ ਫਾਇਦਾ? ਸਾਨੂੰ ਜਾਣ ਦੇ ਦੇਣ, ਉੱਥੇ ਮੰਗਾਂ ਦੇ ਮੰਗਣ ਦੇਣ, ਅਸੀਂ ਕੋਈ ਖਾਂਦੇ ਦੇ ਨੀ। ਹੁਣ ਆਪਾਂ ਦਰਿਆ ਦੇ ਬੈਠੇ ਆ, ਆਪਾਂ ਮਿਲਟਰੀ ਵਾਲਿਆਂ ਨੂੰ ਕੋਈ ਤੰਗਦੇ ਨੀ ਨਾ ਘਰ ਦੇ। ਮਿਲਟਰੀ ਤਾਂ ਚਲੋ ਅੱਗੇ ਰਹਿ ਗਈ, ਜਿਹੜੀ ਤਾਰ ਆ ਵੀਰੋ, ਤਾਰ ਜਿਹੜੀ ਹੈ ਉਹ ਇਸ ਤੋਂ ਅੱਗੇ, ਦਰਿਆ ਤੋਂ ਅੱਗੇ ਇੰਡੀਆ ਦੀ ਪੈਲੀ ਹੈ। ਮੈਨੂੰ ਪਤਾ ਲੱਗਿਆ 2-3 ਹਰੇਕੜ, ਉਸ ਤੋਂ ਅੱਗੇ 0 ਲਾਈਨ ਦੇ ਨੇੜੇ ਤਾਰ ਲੱਗੀ ਹੋਈ ਹੈ, ਇੱਥੇ ਕੋਈ ਰੁਕਾਵਟ ਨਹੀਂ ਆਉਣ ਦੀ। ਸੋ ਮੈਂ ਅੱਜ ਜਿਹੜੀ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਆਹ ਸਾਜਿਸ਼ ਹੋ ਰਹੀ ਹੈ ਤੁਹਾਡੇ ਪਾਣੀਆਂ ਨੂੰ ਲੁੱਟਣ ਦੀ। ਇਹ ਪਾਣੀ ਸੁਲੇਮਾਨੀ ਹੈੱਡ
ਰੋਪੜ ਤੋਂ ਲੈ ਕੇ ਸੁਲੇਮਾਨੀ ਹੈੱਡ ਤੱਕ ਇਹ ਦਰਿਆ ਦੇ ਵਿੱਚ ਫਲੱਡ ਆ ਗਿਆ। ਲੋਕਾਂ ਦੀਆਂ ਪਨੀਰੀਆਂ ਰੁੜ ਗਈਆਂ। ਰੋਪੜ ਦੇ ਕੋਲੇ ਗੁੱਜਰਾਂ ਦੀਆਂ 81 ਮੱਝਾਂ ਪਾਣੀ ਚ ਰੁੜ ਗਈਆਂ। ਇਹ ਪਾਣੀ ਅਚਾਨਕ ਛੱਡਿਆ ਗਿਆ ਔਰ ਇਹ ਜਿਹੜਾ ਵਾਧੂ ਪਾਣੀ ਛੱਡਿਆ ਗਿਆ। ਵੈਸੇ ਤਾਂ ਇਹ ਦੱਸਦੇ ਆ ਕਿੰਨੇ ਚਿਰ ਤੋਂ ਪਾਣੀ ਵਗ ਰਿਹਾ ਜੀ? ਪਾਣੀ ਵਗ ਰਿਹਾ ਜੀ, ਸਾਰਾ ਸਿਆਲ ਹੀ ਤਕਰੀਬਨ ਹੋ ਚੱਲਿਆ ਹੋ ਗਿਆ ਪਾਣੀ ਵਗਦੇ ਨੂੰ। ਅੱਛਾ, ਇਹ ਜਿਹੜਾ ਹੁਣ ਸਾਡਾ ਪਾਣੀ, ਇੰਡੀਆ ਦਾ ਪਾਣੀ ਪਾਕਿਸਤਾਨ ਚ ਜਾਂਦਾ ਆ। ਇੱਕ ਤਾਂ ਅਸੀਂ ਫ੍ਰੀ ਪਾਣੀ ਦੇ ਰਹੇ ਹਾਂ, ਦੂਜਾ ਉਹਨਾਂ ਨੂੰ ਮੁਆਵਜ਼ਾ ਦੇ ਰਹੇ ਹਾਂ। ਅੱਛਾ, ਮੁਆਵਜ਼ਾ ਵੀ ਹਿੰਦੁਸਤਾਨ ਸਰਕਾਰ ਨੂੰ ਦੇਣਾ ਪਊਗਾ ਇਸ ਪਾਣੀ ਦਾ? ਉਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਆ ਉਦੋਂ ਫਿਰ ਆਪਦਾ ਮੁਆਵਜ਼ਾ ਮੰਗਦੇ ਨੇ। ਨੁਕਸਾਨ ਤਾਂ ਹੋਣਾ ਹੀ ਜਦੋਂ ਇਹਨਾਂ ਦਰਿਆ ਦੇ ਵਿੱਚ ਫਲੱਡ ਆ ਗਿਆ। ਹਾਂਜੀ ਹਾਂਜੀ, ਇਹ ਦੇਖੋ ਪਾਣੀ ਜਦੋਂ ਅਚਾਨਕ ਛੱਡਿਆ, ਤੁਹਾਨੂੰ ਕੋਈ ਵਾਰਨ ਕੀਤੀ ਇਹਨਾਂ ਨੇ? ਨਾ ਜੀ ਨਾ। ਇਹਨਾਂ ਪਿੰਡਾਂ ਚ ਪਤਾ ਹੀ ਪਾਣੀ ਛੱਡਣਾ? ਨਾ ਜੀ। ਆ ਤੁਹਾਡੇ ਜਿਹੜੇ ਪੱਠੇ ਨੀਵੇਂ ਥਾਂ ਤੇ ਵੀ ਡੁੱਬ ਜਾਣਗੇ, ਡੁੱਬ ਜਾਣਗੇ। ਜਿਹੜੇ ਕਿਸਾਨਾਂ ਨੇ ਜ਼ਮੀਨਾਂ ਪੱਧਰ ਕੀਤੀਆਂ, ਪਾਣੀ ਨੇ ਇੱਥੇ ਫਿਰ ਵੱਡੇ ਵੱਡੇ ਟੋਏ ਤੇ ਖਾਰਾਂ ਪਾ ਦੇਣੀਆਂ, ਪੈ ਜਾਣੇ ਪੈ ਜਾਣੇ। ਉਹਦੇ ਨਾਲ ਮੋਟਰਾਂ ਵੀ ਡੁੱਲ ਹੋ ਜਾਣਗੀਆਂ, ਮੋਟਰਾਂ ਜਿਹੜੀਆਂ ਉਹ ਵੀ ਡੁੱਬ ਜਾਣੀਆਂ ਪਾਣੀ ਚ। ਸੋ ਭਰਾਓ, ਇਹ ਹਾਲਤ ਆ, ਇਹ ਮੰਜ਼ਰ ਹੈ ਅੱਜ ਮਤਲਬ ਇਸ ਦਰਿਆ ਦੇ ਉੱਪਰ। ਤੇ ਇਹ ਮੈਂ ਅੱਜ ਮੈਨੂੰ ਸਿਰਫ ਕਾਂਗਰਸ ਦੇ ਦੋ ਬੰਦਿਆਂ ਤੋਂ ਉਮੀਦ ਹੈ, ਇੱਕ ਸਿੱਧੂ ਤੇ ਦੂਜਾ ਜਾਖੜ। ਜਿਹੜੇ ਇਹ ਦੋ ਲੋਕ ਹੈ ਕਾਂਗਰਸ ਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ, ਜਿਹੜਾ ਇੱਕ ਇਮਾਨਦਾਰ ਬੰਦਾ ਮੈਂ ਸਮਝਦਾ ਸਰਕਾਰ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਆ, ਦੂਸਰਾ ਹੈਗਾ ਨਵਜੋਤ ਸਿੰਘ ਸਿੱਧੂ। ਇਹ ਦੋ ਬੰਦਿਆਂ ਨੂੰ ਮੈਂ ਕਹੂੰਗਾ ਕਿ ਇਹ ਤੁਸੀਂ ਦੱਸੋ, ਤੁਸੀਂ ਇੱਥੇ ਦਰਿਆ ਤੇ ਆਓ, ਮੌਕਾ ਦੇਖੋ। ਜਾਖੜ ਸਾਹਿਬ, ਤੁਹਾਨੂੰ ਪਤਾ ਪੰਜਾਬ ਦੇ ਪਾਣੀ ਦੀ ਕੀ ਕੀਮਤ ਹੈ। ਅਬੋਹਰ ਦੇ ਵਿੱਚ ਤੁਸੀਂ ਪਾਣੀ ਲੈ ਕੇ ਜਾਂਦੇ ਹੋ, ਤੁਹਾਨੂੰ ਪਤਾ ਕਿਵੇਂ ਪਾਣੀ ਪਹੁੰਚਦਾ। ਤੇ ਅੱਜ ਹਜ਼ਾਰਾਂ ਕਿਊਸਕ ਪਾਣੀ ਪੰਜਾਬ ਨੂੰ ਜਿਹੜੀ ਸਰਕਾਰ, ਸੈਂਟਰ ਦੀ ਸਰਕਾਰ ਜਿਹਦੇ ਅੰਡਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆਉਂਦਾ ਉਹਨੂੰ ਚਲਾਉਂਦੀ ਹੈ, ਉਹ ਸਰਕਾਰ ਅੱਜ ਜਿਹੜੀ ਆਪਦੇ ਆਪ ਨੂੰ ਰਾਸ਼ਟਰਵਾਦੀ ਸਰਕਾਰ ਖਾਉਂਦੀ ਹੈ, ਇਹ ਪਾਕਿਸਤਾਨ ਨੂੰ ਪਾਣੀ ਦੇ ਰਹੀ ਹੈ। ਸਿੱਧੂ ਉਥੋਂ ਦੇ ਜਰਨੈਲ ਨਾਲ ਹੱਥ ਮਿਲਾ ਲਵੇ, ਇਹ ਕਹਿੰਦੇ ਦੇਸ਼ ਧਰੋਹੀ ਤੇ ਸਾਡੇ ਪੰਜਾਬ ਦਾ ਪਾਣੀ ਲੁੱਟ ਕੇ ਪਾਕਿਸਤਾਨ ਨੂੰ ਦੇਣ ਵਾਲੀ ਸਰਕਾਰ ਇਹ ਦੇਸ਼ ਪ੍ਰੇਮੀ ਸਰਕਾਰ ਹੋਗੀ। ਸੋ ਭਰਾਓ, ਜਾਗ ਜਾਓ। ਪੰਜਾਬ ਦੇ ਕੋਲ ਤਿੰਨ ਚੀਜ਼ਾਂ, ਇੱਕ ਤਾਂ ਪਾਣੀ ਹੈ ਜਿਹੜਾ ਪਾਕਿਸਤਾਨ ਨੂੰ ਨਜਾਇਜ਼ ਰੋੜੀ ਜਾਂਦੇ ਹੈ। ਕੋਈ ਸੈਂਟਰ ਤੋਂ ਚੱਲਦੀ ਪਾਰਟੀ ਇਹ ਸਾਨੂੰ ਪਾਣੀ ਨਹੀਂ ਦੇਊਗੀ, ਖੋਣ ਨੂੰ ਫਿਰਦੇ ਆ। ਮਨੀਸ਼ ਸਿਸੋਦੀਆ ਆਇਆ ਸੀ, ਉਹ ਵੀ ਕਹਿੰਦਾ ਪਾਕਿਸਤਾਨ ਨੂੰ ਪਾਣੀ ਜਾ ਰਿਹਾ, ਕਈ ਰਾਜਾਂ ਦੀ ਮੰਗ ਪੂਰੀ ਹੋ ਸਕਦੀ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਪਾਣੀ 300 ਫੁੱਟ ਡੂੰਘਾ ਹੋ ਗਿਆ, 8,000 ਕਰੋੜ ਰੁਪਇਆ ਸਰਕਾਰ ਸਬਸਿਡੀ ਦਿੰਦੀ ਹੈ ਬਿਜਲੀ ਦੇ ਆਪਣਾ ਮੋਟਰਾਂ ਲਈ, ਔਰ ਉਹ 8,000 ਕਰੋੜ ਰੁਪਇਆ ਸਾਡੀ ਪੰਜਾਬ ਦੀ ਡਿਵੈਲਪਮੈਂਟ ਤੇ ਲੱਗ ਸਕਦਾ। ਇਹ ਸਬਸਿਡੀ ਤਾਂ ਦੇਣੀ ਪੈਂਦੀ ਹੈ ਕਿ ਜਿਹੜੀ 3 ਦੀ ਮੋਟਰ ਪਾਣੀ ਕੱਢਦੀ ਸੀ ਹੁਣ 15 ਦੀ ਕੱਢਦੀ ਹੈ। 250 ਫੁੱਟ ਪਾਣੀ ਡੂੰਘਾ ਹੋ ਗਿਆ, ਪਾਣੀ ਦਾ ਬਿਲਕੁਲ ਖਤਮ ਹੋ ਗਿਆ, ਪੰਜਾਬ ਰੇਗਿਸਤਾਨ ਬਣਦੇ ਕੰਗਾਰ ਤੇ ਖੜਾ, ਤੇ ਇਹ ਅਸੀਂ ਸਬਸਿਡੀਆਂ ਚ ਬਿਜਲੀ ਦੇ ਵਿੱਚ ਲੁੱਟੇ ਜਾ ਰਹੇ ਹਾਂ। ਸੋ ਸਾਡੇ, ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਪੰਜਾਬ ਦਾ 5 ਵਾਰੀ ਮੁੱਖ ਮੰਤਰੀ ਆ ਪ੍ਰਕਾਸ਼ ਸਿੰਘ ਬਾਦਲ ਜੀ, ਉਹ ਕਹਿੰਦੇ ਮੈਂ ਪਾਣੀ ਦੀ ਇੱਕ ਬੂੰਦ ਪਿੱਛੇ ਵੱਡੀ ਕੁਰਬਾਨੀ ਦੇ ਦੂੰਗਾ। ਅੱਜ ਮੈਂ ਕਹਿੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਆਹ ਪਾਣੀ ਛੱਡਿਆ ਹੁਸੈਨੀ ਵਾਲਾ ਹੈੱਡ ਤੋਂ, ਉੱਥੇ ਆ ਕੇ ਹੁਣ ਤੁਸੀਂ ਕੁਰਬਾਨੀ ਦੇ ਦਿਓ, ਦਰਿਆ ਦੇ ਵਿੱਚ ਛਾਲ ਮਾਰੋ ਤੇ ਉੱਥੇ ਸ਼ਾਇਦ ਸ਼ਹੀਦਾਂ ਦਾ ਸਮਾਰਕ ਬਣਿਆ, ਤੁਹਾਨੂੰ ਕਦੇ ਕੋਈ ਯਾਦ ਕਰ ਲਏ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਥੇ ਪੰਜਾਬ ਦੇ ਪਾਣੀ ਪਿੱਛੇ ਛਾਲ ਮਾਰੀ ਸੀ। ਛਾਲ ਤੁਸੀਂ ਕਦੇ ਨਹੀਂ ਮਾਰਨੀ। ਜਿਹੜਾ ਮੁੱਖ ਮੰਤਰੀ ਆਹ ਗਰੀਬ ਲੋਕਾਂ ਦੇ ਟੈਕਸਾਂ ਦੇ ਵਿੱਚੋਂ 5.5 ਲੱਖ ਮਹੀਨੇ ਦੀ ਤਨਖਾਹ ਲੈਂਦਾ ਹੋਵੇ, ਉਹ ਪੰਜਾਬ ਦੇ ਹਿੱਤਾਂ ਦੀ ਖਾਤਰ ਕਦੇ ਦਰਿਆ ਛਾਲ ਨਹੀਂ ਮਾਰੂਗਾ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੁਹਾਡਾ ਡਰਾਮਾ ਹੈ, ਕਿਉਂ ਸਰਦਾਰ ਸਾਹਿਬ ਮੈਂ ਗੱਲ ਸਹੀ ਕਰਦਾ ਗਲਤ ਕਰਦਾ? ਠੀਕ ਹੈ ਜੀ, ਠੀਕ ਹੈ। ਤੁਸੀਂ ਕਦੇ ਨਹਿਰ ਛਾਲ ਨਹੀਂ ਮਾਰਨੀ। ਅੱਜ ਤੁਹਾਡੀ ਨੂੰਹ ਨੂੰ, ਅੱਜ ਤੁਹਾਡੇ ਮੁੰਡੇ ਨੂੰ ਸੁਖਬੀਰ ਸਿੰਘ ਬਾਦਲ, ਦੋਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਭਾਰਤ ਦੀ ਇਹ ਸਰਕਾਰ, ਇਹ ਅਖੌਤੀ ਰਾਸ਼ਟਰਵਾਦੀ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਰਾਸ਼ਟਰਵਾਦ ਦੇ ਨਾਂ ਤੇ ਸਾਨੂੰ ਵੋਟਾਂ ਪਾਓ, ਲੈ ਲਈਆਂ ਵੋਟਾਂ, ਪਰ ਆਹ ਪਾਣੀ ਕਾਹਦੇ ਵਾਸਤੇ ਦੇ ਰਹੇ? ਸਾਨੂੰ ਪੰਜਾਬ ਨੂੰ ਬੰਜਰ ਕਿਉਂ ਬਣਾ ਰਹੇ ਹੋ? ਹਰਿਆਣੇ ਨੂੰ ਸੁਖਬੀਰ ਨੇ ਪਾਣੀ ਦੇਣਾ ਹੈ, ਸੁਖਬੀਰ ਦਾ ਵੱਡਾ ਫਾਰਮ ਹਰਿਆਣੇ ਚ। ਹਰਿਆਣੇ ਦੇ ਵਿੱਚ ਆਹ ਬੋਲਿਆ ਸੁਖਬੀਰਾਂ ਦਾ ਬਈ, ਕਿਤੋਂ ਭਾਰਤੀ ਜਨਤਾ ਪਾਰਟੀ ਨਾਲ ਜਾਗੇ ਦਾ ਸਮਝੌਤਾ ਆਇਆ ਹੈ ਵੀ ਮੈਂ ਪਾਣੀ ਦੇਣਾ। ਸਰਦਾਰ ਸਾਹਿਬ ਇਹਦਾ ਰਿਕਾਰਡ ਹੈ, ਇਹ ਰਿਕਾਰਡ ਹੈ। ਇੰਦਰਾ ਗਾਂਧੀ ਨੇ ਜਦੋਂ ਇੱਥੇ SYL ਨੂੰ ਟੱਕ ਲਾਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਵੱਡਾ ਹਥਿਆਰ ਦਿੱਤਾ ਸੀ, ਚਾਂਦੀ ਦਾ ਬੱਠਲ ਤੇ ਚਾਂਦੀ ਦੀ ਕਹੀ ਲੈ ਕੇ ਗਏ ਸੀ। ਤੇ ਜਦੋਂ ਇਹ SYL ਕੱਢਣੀ ਸੀ, 100 ਕਰੋੜ ਦਾ ਡਰਾਫਟ ਲਿਆ ਦੇਵੀ ਲਾਲ ਤੋਂ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਤੇ ਉਹ ਖਰਾਤ ਦੇ ਵਿੱਚ ਆਰਬਿਟ ਰਿਜ਼ੋਰਟ ਹੋਟਲ ਦੀ ਜਿਹੜੀ
ਅਰਬਾਂ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਅੱਜ ਆਰਬਿਟ ਰਿਜ਼ੋਰਟ ਹੋਟਲ ਚੱਲਦਾ ਬਾਦਲ ਸਾਹਿਬ ਦਾ ਉਹ ਲਈ ਦੇਵੀ ਲਾਲ ਤੋਂ। ਇਹ ਸਾਡੇ ਪੰਜਾਬ ਦੇ ਪਾਣੀ ਪਿੱਛੇ ਪ੍ਰਕਾਸ਼ ਸਿੰਘ ਬਾਦਲ ਕੁਰਬਾਨੀ ਦੇਊਗਾ। ਬਾਦਲ ਸਾਹਿਬ ਵੇਲਾ ਆ ਗਿਆ, ਉਮਰ ਤੁਹਾਡੀ ਕਿੰਨੀ ਰਹਿ ਗਈ ਮਗਰ 92-93 ਸਾਲ ਹੋ ਗਈ, ਦੇ ਦਿਓ ਕੁਰਬਾਨੀ, ਮਾਰੋ ਆ ਕੇ ਛਾਲ ਉੱਥੇ ਹਰੀ ਗਏ ਆਪਣਾ ਹੈਡ ਤੇ ਜਾਂ ਇਹਦੇ ਵਿੱਚ ਹੁਸੈਨੀ ਵਾਲਾ ਹੈਡ ਤੇ, ਜਿੱਥੋਂ ਅੱਜ ਅਰਬਾਂ ਰੁਪਏ ਦਾ ਪਾਣੀ ਤੁਸੀਂ ਛੱਡ ਰਹੇ ਹੋ ਉਸ ਮੋਦੀ ਦੀ ਸਰਕਾਰ ਦੇ ਵਿੱਚ, ਤੁਸੀਂ ਭਾਈਵਾਲ ਹੋ ਤੇ ਆਹ ਗਰੀਬ ਕਿਸਾਨਾਂ ਤੋਂ ਤੁਹਾਡਾ ਪਰਿਵਾਰ 15 ਲੱਖ ਮਹੀਨਾ ਬਾਦਲ ਸਾਹਿਬ ਪੈਨਸ਼ਨ ਲੈਂਦਾ। ਕਾਨੂੰਨ ਬਣਾਉਣਾ ਸੀ ਇਹਨਾਂ ਕਿਸਾਨਾਂ ਲਈ, ਆਹ ਪੁਲ ਜਿੱਤੇ ਮੈਂ ਖੜਾ, ਇਹ ਪੁਲ ਵੀ ਅਗਲੇ ਮਹੀਨੇ ਜਦੋਂ ਵੱਧ ਪਾਣੀ ਛੱਡਤਾ ਇਹ ਪੁਲ ਵੀ ਪੁੱਟ ਕੇ ਪੱਲਾ ਜਾਣਾ, ਇਹ ਥੋੜੇ ਦਿਨਾਂ ਤੱਕ ਪੁਲ ਪੁੱਟ ਕੇ ਲੈ ਜਾਣਾ ਇਹਨਾਂ ਨੇ। ਇਹ ਕਿਸਾਨਾਂ ਦੀ ਜਿਹੜੀ ਜ਼ਮੀਨ ਪਾਰ ਰਹਿ ਜਾਣੀ ਹੈ, ਸੁੱਕ ਜਾਣੀ, ਬਰਬਾਦ ਹੋ ਜਾਣੀ ਹੈ। ਗੱਲ ਸਹੀ ਹੈ ਜੀ ਇਹ? ਕਿਉਂ ਜੀ ਸਹੀ ਗੱਲ ਹੈ ਇਹ? ਇਹ ਪੁਲ ਪੁੱਟਿਆ ਜਾਣਾ ਗੌਰਮੈਂਟ, ਹਾਂਜੀ 3500 ਕਰੋੜ ਰੁਪਇਆ ਖਰਚਾ ਤੁਹਾਨੂੰ ਪਾ ਰਹੇ ਨੇ, ਤੁਹਾਡੀਆਂ ਚਬਲਾਂ ਨੇ ਉਹ 3500 ਲਈ ਜਾਂਦੇ ਨੇ, 75,000 ਦੇ ਇੱਕ MLA ਜਿਹੜਾ ਮੋਬਾਈਲ ਦਾ ਹੀ ਲੈ ਰਿਹਾ ਹੈ। ਆਹ ਦੇਖੋ ਸਾਰੇ ਕਿਸਾਨ ਇਹਨਾਂ ਦੇ ਪੈਰਾਂ ਵੱਲ ਝਾਕੋ, ਆਹ ਸਾਰੇ ਕਿਸਾਨ ਆਹ ਨੰਗੇ ਪੈਰੀ ਚੱਪਲਾਂ ਪਾਈਆਂ ਇਹਨਾਂ ਦੇ, ਆਹ ਇਹਨਾਂ ਦੀ ਕਿਸਾਨਾਂ ਦੀ ਜਿਹੜੀ ਆ ਟੈਕਸਾਂ ਦੇ ਵਿੱਚੋਂ ਬਾਦਲ ਸਾਹਿਬ ਦਾ ਟੱਬਰ 15 ਲੱਖ ਮਹੀਨਾ ਲੈਂਦਾ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਜਿਹੜਾ ਬਾਦਲ ਕਹਿੰਦਾ ਮੈਂ ਪਾਣੀ ਦੀ ਬੂੰਦ ਪਿੱਛੇ ਵੱਡੀ ਕੁਰਬਾਨੀ ਦੇ ਦੂੰਗਾ, ਹੁਣ ਦੇਣੀ ਚਾਹੀਦੀ ਉਹਨਾਂ ਨੂੰ? ਆਹ ਕਿੱਡਾ ਕਿੰਨੇ ਨਹਿਰਾਂ ਦਾ ਪਾਣੀ ਵਗ ਰਿਹਾ, ਕਿੰਨੇ ਹਜ਼ਾਰ ਕਿਊਸਕ ਪਾਣੀ ਵਗ ਰਿਹਾ, ਕਿਉਂ ਜੀ ਸਰਦਾਰ ਸਾਹਿਬ? ਇਹਨਾਂ ਲੋਕਾਂ ਦੀ ਕਹਿਣੀ ਕਰਨੀ ਇੱਕੋ ਹੈ ਕਿ ਫਰਕ ਹੈ? ਫਰਕ ਹੈ, ਕਹਿੰਦੇ ਹੋਰ ਹੈ ਕਰਦੇ ਹੋਰ ਹੈ। ਸੋ ਇਸ ਕਰਕੇ ਆਹ ਮੈਂ ਦਿਖਾਤਾ, ਮੈਂ ਪੰਜਾਬ ਦੇ ਹਰ ਉਸ ਇਨਸਾਫ ਪਸੰਦ ਬੰਦੇ ਨੂੰ, ਬਹੁਤ ਸਾਰੇ ਲੋਕਾਂ ਦੀ ਵੀਰੋ ਜ਼ਮੀਰ ਮਰ ਗਈ ਹੈ, ਪਰ ਜਾਗਦੀ ਜ਼ਮੀਰ ਵਾਲੇ ਅਜੇ ਕਾਫੀ ਹੈਗੇ। ਮੈਂ ਜਾਗਦੀ ਜ਼ਮੀਰ ਵਾਲੇ ਸਾਰੀਆਂ ਕਿਸਾਨ ਯੂਨੀਅਨਾਂ ਨੂੰ, ਤੁਸੀਂ ਭਾਰਤੀ ਕਿਸਾਨ ਯੂਨੀਅਨ ਜਿੰਨੀਆਂ ਹੈਗੀਆਂ ਤੁਸੀਂ ਯੂਨੀਅਨਾਂ ਹੋਰ ਬਣਾ ਲਓ 5-7, ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਹ ਅਰਬਾਂ ਰੁਪਏ ਦੀ ਜਿਹੜੀ ਲੁੱਟ ਹੋ ਰਹੀ ਪੰਜਾਬ ਦੀ, ਪੰਜਾਬ ਰੇਗਿਸਤਾਨ ਬਣ ਰਿਹਾ, ਸਾਡੇ ਬੱਚੇ, ਸਾਡੇ ਕੋਲ 3 ਚੀਜ਼ਾਂ, ਪਾਣੀ ਆਹ ਲੁੱਟਿਆ ਜਾ ਰਿਹਾ, ਰੇਤਾ ਸਰਕਾਰਾਂ ਕਹਿੰਦੀਆਂ ਸਾਡਾ ਹੱਕ ਹੈ ਲੁੱਟਣ ਦਾ, ਕਿਉਂ ਜੀ ਇਹ ਵੀ ਕਹਿੰਦੀਆਂ ਨਾ, ਇੱਥੇ ਇਸ ਇਲਾਕੇ ਚ ਨਜਾਇਜ਼ ਰੇਤਾ ਲੁੱਟਿਆ ਜਾਂਦਾ, ਬਹੁਤ ਲੁੱਟੀ ਦਾ, ਆਮ ਤੌਰ ਤੇ ਟਰੈਕਟਰ ਟਰਾਲੇ ਤੁਸੀਂ ਵੇਖਦੇ ਹੋ। ਤੀਸਰਾ ਸਾਡੇ ਕੋਲੇ ਫਸਲ ਹੈ ਉਹ ਆਪਦੇ ਭਾਅ ਦੇ ਨਾਲ ਸਰਕਾਰ ਖਰੀਦੀ ਹੈ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਨਾਂ ਤੇ ਪਿਛਲੇ ਵਾਰੀ ਮੋਦੀ ਸਰਕਾਰ ਬਣੀ ਤੇ ਉਹਨੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਇਨਕਾਰ ਕਰਤਾ, ਜਿਹਦੇ ਤੁਹਾਨੂੰ ਫਸਲਾਂ ਦੇ ਪੂਰੇ ਭਾਅ ਮਿਲਣੇ ਸੀ। ਐਤਕੀ ਰਾਸ਼ਟਰਵਾਦ ਦੇ ਨਾਂ ਤੇ ਬਣੀ ਹੈ, ਰਾਸ਼ਟਰਵਾਦ ਆਹ ਮੋਦੀ ਸਾਹਿਬ ਵੇਖੋ ਐਡਾ ਵੱਡਾ ਸਤਲੁਜ ਦਰਿਆ ਜਾ ਰਿਹਾ, ਇਹ ਦਰਿਆ ਮੋਦੀ ਸਾਹਿਬ ਇਹ ਪਾਣੀ ਕਾਹਦੇ ਵਾਸਤੇ ਛੱਡਿਆ? ਪਾਕਿਸਤਾਨ ਨੂੰ, ਹਿੰਦੁਸਤਾਨ ਦਾ ਪਿਆਸਾ ਮਰੀ ਜਾਂਦਾ ਸਾਰਾ, ਪਾਣੀ ਪਿੱਛੇ ਮਹਾਰਾਸ਼ਟਰ ਚ ਲੜਾਈਆਂ ਹੋਈ ਜਾਂਦੀਆਂ, ਪਾਣੀ ਦੇ ਸੁਰਤਾਂ ਉੱਤੇ ਤੁਸੀਂ ਫੌਜ ਲਾਈ ਹੈ ਕਿਉਂਕਿ ਉੱਥੇ ਪਾਣੀ ਪੀਣ ਵਾਲੇ ਪਾਣੀ ਪਿੱਛੇ ਲੜਾਈਆਂ ਹੋਈਆਂ ਹੋ ਰਹੀਆਂ, ਫੌਜ ਲਾਈ ਹੋਈ ਤੁਸੀਂ, ਤੇ ਇੱਧਰ ਆਹ ਲੁੱਟ ਹੋ ਰਹੀ ਹੈ, ਇਹ ਕਿਉਂ ਹੋ ਰਹੀ ਹੈ? ਸੋ ਮੈਂ ਸਾਰੇ ਪੰਜਾਬੀਆਂ ਨੂੰ ਕਹੂੰਗਾ, ਆਹ ਮੈਂ ਤੁਹਾਨੂੰ ਦਿਖਾਤਾ, ਜਾਗ ਜੋ, ਜਾਗ ਜੋ, ਜਾਗ ਜੋ, ਨਹੀਂ ਤੁਹਾਡਾ ਜਿਹੜਾ ਬੱਚਾ ਹੈ ਅੱਜ ਪੜ੍ਹਿਆ ਲਿਖਿਆ ਬੱਚਾ ਬਾਹਰਲੇ ਮੁਲਕ ਨੂੰ ਜਾ ਰਿਹਾ, ਤੁਹਾਡਾ ਅੱਜ ਨੌਜਵਾਨ ਬੱਚਾ ਇਹਨਾਂ ਨੇ ਨਸ਼ਿਆਂ ਤੇ ਲਾਤਾ, ਨਸ਼ਾ ਵਿਕਦਾ ਜੀ ਇਸ ਇਲਾਕੇ ਚ? ਹੱਥ ਖੜੇ ਕਰਕੇ ਦੱਸੋ ਜੇ ਨਸ਼ਾ ਵਿਕਦਾ, ਵਿਕਦਾ ਹੀ ਨਸ਼ਾ, ਸ਼ਰੇਆਮ ਵਿਕਦਾ, ਸ਼ਰੇਆਮ ਨਸ਼ਾ ਵਿਕਦਾ ਪੰਜਾਬ ਦੇ ਵਿੱਚ। ਇਹ ਬਾਰਡਰ ਦੇ ਲੋਕ ਤਾਂ ਵੈਸੇ ਉਜੜੇ ਪਏ, ਕਦੇ ਇਹਨਾਂ ਨੂੰ ਦਰਿਆ ਉਜਾੜ ਦਿੰਦਾ, ਕਦੇ ਇਹਨਾਂ ਨੂੰ ਪਾਕਿਸਤਾਨ ਦੀ ਲੜਾਈ ਉਜਾੜ ਦਿੰਦੀ ਹੈ। ਪਿਛਲੀ ਵਾਰੀ ਇੱਕ ਡਰਾਮਾ ਕੀਤਾ ਸੀ ਅਕਾਲੀ ਸਰਕਾਰ ਚ, ਇਹਨਾਂ ਨੂੰ ਕਹਿੰਦੇ ਬਾਰਡਰ ਖਾਲੀ ਕਰ ਦਿਓ, ਪਰ ਇਹ ਬਹਾਦਰ ਲੋਕ ਬਾਰਡਰ ਤੋਂ ਉੱਠੇ ਨੀ ਉਸ ਵੇਲੇ, ਪੁਲਿਸਾਂ ਲੈ ਕੇ ਆਏ ਤੁਹਾਡੇ ਕੋਲੇ, ਕਹਿੰਦੇ ਬਾਰਡਰ ਖਾਲੀ ਕਰੋ, ਤੁਸੀਂ ਬਾਰਡਰ ਖਾਲੀ ਨਹੀਂ ਕੀਤਾ ਸੀ ਕਿਉਂਕਿ ਨਾ ਕੋਈ ਗੋਲੀ ਚੱਲੀ ਸੀ ਨਾ ਕੋਈ ਭੜਕਾਟ ਸੀ। ਸੋ ਇਸ ਤਰ੍ਹਾਂ ਦਾ ਇਹਨਾਂ ਲੋਕਾਂ ਤੇ ਜ਼ੁਲਮ ਕੀਤਾ ਜਾਂਦਾ। ਆਹ ਵੇਖੋ ਸਭ ਚੱਪਲਾਂ ਪਾ ਕੇ ਵਿਚਾਰੇ, ਕਿਸੇ ਕੋਲ ਜੁੱਤੀ ਵੀ ਹੈ ਨੀ, ਇੰਨੀ ਗਰੀਬੀ ਹੈ ਬਾਰਡਰ ਦੇ ਉੱਪਰ। ਇਹਨਾਂ ਦੇ ਸਕੂਲਾਂ ਦੇ ਵਿੱਚ ਮਾਸਟਰ ਨਹੀਂ ਲਾਏ ਜਾਂਦੇ, ਮਾਸਟਰ ਬਦਲੀਆਂ ਕਰਵਾ ਜਾਂਦੇ, ਬੱਚੇ ਇਹਨਾਂ ਦੇ ਨੀ ਪੜ੍ਹਦੇ। ਸੋ ਅੱਜ ਕੁਛ ਨਸ਼ਿਆਂ ਤੇ ਲਾਤੇ, ਕੁਛ ਬਾਹਰ ਨੂੰ ਜਾ ਰਹੇ ਹੈ, ਅੱਜ ਕੀ ਹਾਲਤ ਆ ਸਾਡੇ ਬੱਚਿਆਂ ਦੀ? ਹਾਂਜੀ ਤੁਹਾਡਾ ਵੀ ਦਿੱਲੀ ਦਿੱਲੀ ਉੱਥੇ 5 ਲੱਖ ਦਾ ਇਲਾਜ ਨਸ਼ਾ ਹੈ ਗਰੀਬਾਂ ਵਾਸਤੇ, ਹਾਂਜੀ ਗਰੀਬਾਂ ਨੂੰ ਛਡਾਉਣਾ, ਹਾਂਜੀ ਜਿਹੜੇ ਮੋਟੇ ਨੇ ਉਹ ਤੁਹਾਡੇ ਕੋਲ ਲੈ ਦਿਖਾ ਦੀਆਂ।
ਮੋਦੀ ਦੀ ਸਰਕਾਰ ਦਾ ਭਾਈਵਾਲ ਭਾਈਵਾਲ ਸਾਡੇ ਗੜੇ ਪਏ ਸੀ ਪਿਛਲੀ ਵਾਰ ਕਣਕਾਂ ਤੇ ਹੁਣ ਐਰਕੀ ਡੀਸੀ ਸਾਹਿਬ ਆਏ ਪਟਵਾਰੀ ਸਾਹਿਬ ਆਏ ਲਿਖ ਕੇ ਲੈ ਗਏ ਅਜੇ ਤੱਕ ਕਿਸੇ ਨੂੰ ਮੁਆਵਜ਼ੇ ਦੀ ਆਸ ਹੀ ਨਹੀਂ ਹੈਗੀ ਇਹ ਜਿਹੜਾ ਬਾਰਡਰ ਤਾਰਾਂ ਤੋਂ ਪਾਰ ਮੁਆਵਜ਼ਾ ਦੇਣਾ ਤੁਹਾਨੂੰ ਮਿਲੀ ਜਾਂਦਾ ਨਹੀਂ ਮਿਲਦਾ ਹਾਂਜੀ ਆ ਮੈਨੂੰ ਇੱਕ ਵਾਰੀ ਹੱਥ ਖੜੇ ਕਰਕੇ ਦੱਸੋ ਵੀ ਤਾਰਾਂ ਤੋਂ ਪਾਰ ਤੁਹਾਨੂੰ ਮੁਆਵਜ਼ਾ ਨਹੀਂ ਮਿਲਦਾ ਨਹੀਂ ਮਿਲਦਾ ਇਹ ਸਭ ਡਰਾਮੇ ਕਰਦੇ ਆ ਵੀ ਤਾਰਾਂ ਤੋਂ ਪਾਰ ਮੁਆਵਜ਼ਾ ਦਿੰਦੇ ਆ ਸੋ ਆਹ ਦੇਖੋ ਇਹ ਬਾਰਡਰ ਦੇ ਲੋਕਾਂ ਦੀ ਹਾਲਤ ਹੈ ਜਿਹੜੀ ਤੁਸੀਂ ਵੇਖੀ ਜਾਂਦੇ ਹੋ ਸਿਰਫ ਵੋਟਾਂ ਇਹਨਾਂ ਤੋਂ ਕੁਛ ਗਰੀਬਾਂ ਲੋਕਾਂ ਨੂੰ ਖਰੀਦ ਲੈਂਦੇ ਆ ਕੁਛ ਨੂੰ ਵਰਾ ਲੈਂਦੇ ਆ ਕੁਛ ਨੂੰ ਝੂਠ ਬੋਲ ਲੈਂਦੇ ਆ ਕਦੇ ਅਸੀਂ ਮੈਂ ਵੱਡੀ ਕੁਰਬਾਨੀ ਕਰ ਦੂੰਗਾ ਕਦੇ ਕੋਈ ਕੁਛ ਬੋਲਦਾ ਆ ਕੇ ਤੇ ਸਾਡੇ ਕੈਪਟਨ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਉਹਨਾਂ ਨੂੰ ਕੋਈ ਸਾਰ ਨਹੀਂ ਇਸ ਪਾਣੀ ਦੀ ਅੱਜ ਮੈਂ ਮੰਗ ਕਰਦਾ ਕਿ ਜਿਹੜਾ ਖੇਤੀਬਾੜੀ ਮੰਤਰੀ ਹੈ ਪੰਜਾਬ ਦਾ ਤੇ ਜਿਹੜਾ ਪੰਜਾਬ ਦਾ ਸਿੰਚਾਈ ਮੰਤਰੀ ਹੈ ਅੱਜ ਦੋਵੇਂ ਅਸਤੀਫਾ ਦੇਣ ਆ ਜਿਹੜੀ ਲੁੱਟ ਹੋ ਰਹੀ ਹੈ ਆ ਜਿਹੜਾ ਪਾਣੀ ਪਾਕਿਸਤਾਨ ਨੂੰ 47 ਡਿਗਰੀ ਸਾਰੀਆਂ ਨਹਿਰਾਂ ਬੰਦ ਹੈ ਕਿਸਾਨ ਡੀਸੀ ਦਫ਼ਤਰਾਂ ਕੇ ਧਰਨੇ ਲਾਈ ਬੈਠੇ ਸਾਡੀ ਇਹਨਾਂ ਨਾਲ ਚਾਲੂ ਕਰੋ ਨਹਿਰਾਂ ਚ ਪਾਣੀ ਨਹੀਂ ਦਿੱਤਾ ਜਾ ਰਿਹਾ ਨਹਿਰਾਂ ਦੀ ਸਫਾਈ ਨਹੀਂ ਹੁੰਦੀ ਤੇ ਪਾਕਿਸਤਾਨ ਨੂੰ ਦੇਣ ਨੂੰ ਸਾਡੇ ਕੋਲੇ ਬਹੁਤ ਫਾਲਤੂ ਪਾਣੀ ਹੈ ਸੋ ਹਾਂਜੀ ਇਹ ਪੰਜਾਬ ਦੇ ਜਿਹੜੇ ਪੁੱਤ ਹੈ ਅੱਜ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹੈ ਹਿੰਦੁਸਤਾਨ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਤੇ ਆਹ ਜਿਹੜੇ ਕਿਸਾਨ ਹੈ ਆਹ ਇਹਨਾਂ ਦੇ ਪੈਰਾਂ ਚੱਪਣਾ ਇਹਨਾਂ ਦੀਆਂ ਦੇ ਲੀਡਰ ਕਾਨੂੰਨ ਬਣਾਉਣੇ ਸੀ ਇਹਨਾਂ ਬਦਲ ਵਰਗਿਆਂ ਨੇ ਉਹ ਕਾਨੂੰਨ ਆਪਦੇ ਲਈ ਬਣਾ ਲਏ ਜਿੰਨੇ ਵਾਰੀ MLA ਬਣਾਂਗੇ ਉਨੇ ਵਾਰੀ ਪੈਨਸ਼ਨ ਲਵਾਂਗੇ ਤੇ ਪੈਨਸ਼ਨ ਚੋਂ ਟੈਕਸ ਵੀ ਨਹੀਂ ਦੇਵਾਂਗੇ ਇਹਨਾਂ ਦੇ ਤਾਂ ਤੁਸੀਂ ਟਰੈਕਟਰਾਂ ਉੱਤੇ ਵੀ ਆਹ ਟਰੈਕਟਰ ਖੜੇ ਹੈ 28% ਸੰਦਾਂ ਨੇ GST ਲਈ ਮੋਦੀ ਸਾਹਿਬ ਇਹਨਾਂ ਦੀਆਂ ਜਿਹੜੀ ਦਵਾਈ ਜਿਹੜੀਆਂ ਪੈਸਟੀਸਾਈਡ ਪਾਉਂਦੇ ਉਹਦੇ ਤੇ ਤੁਸੀਂ GST ਲਾਈ ਹੈ ਆਹ ਜਿਹੜੀਆਂ ਚੱਪਲਾਂ ਪੈਰਾਂ ਪਾਈਆਂ ਤੇ ਤੁਸੀਂ ਟੈਕਸ ਲੈਂਦੇ ਹੋ ਆਹ ਜਿਹੜੀ ਇਹ ਖੰਡ ਜਾਂ ਪੱਤੀ ਤੇ ਤੁਸੀਂ ਟੈਕਸ ਲੈਂਦੇ ਹੋ ਇਹਨਾਂ ਦੇ ਟੈਕਸਾਂ ਨਾਲ ਬਾਦਲ ਸਾਹਿਬ ਕੁਰਬਾਨੀ ਕਰ ਦਿਓ ਹੁਣ ਕੁਰਬਾਨੀ ਕਰ ਦਿਓ ਕੁਰਬਾਨੀ ਕਰ ਦਿਓਗੇ ਨਾ ਤੇ ਇਹ ਲੋਕ ਤਾਂ ਅੱਜ ਤੁਹਾਡੀ ਕੁਰਬਾਨੀ ਚਾਹੁੰਦੇ ਕਹਿੰਦੇ ਸਾਡੇ ਪੰਜਾਬ ਦਾ ਨਾਲੇ ਤਾਂ 5-6 ਲੱਖ ਜਿਹੜੀ ਤੁਸੀਂ ਪੈਨਸ਼ਨ ਲੈਂਦੇ ਇਹਨਾਂ ਗਰੀਬਾਂ ਦੀ ਉਹ ਬਚ ਜਾਊਗੀ ਨਾਲੇ ਬਾਦਲ ਸਾਹਿਬ ਤੁਹਾਡਾ ਨਾਂ ਰਹਿ ਜਾਊਗਾ ਹੁਣ ਉਮਰ ਵੀ ਕਿੰਨੀ ਕੁ ਮਗਰ ਹਾਂਜੀ ਜੰਗਲਾਤ ਦਾ ਅੱਛਾ ਉਹਦੇ ਚ ਕੀ ਸਮੱਸਿਆ ਜੀ ਕੌਣ ਕਰਨਾ ਚਾਹੁੰਦਾ ਕਬਜ਼ਾ ਸਰਕਾਰ ਵਾਲੇ ਜੰਗਲਾਤ ਮੰਤਰੀ ਬਣਿਆ ਅੱਛਾ ਉਹ ਵੀ ਕਬਜ਼ਾ ਕਰਨਾ ਚਾਹੁੰਦਾ ਤੁਹਾਡੇ ਦੇ ਕੇਸ ਕਰੀ ਬੈਠੇ ਜ਼ਮੀਨ ਖੋਣ ਵਾਸਤੇ ਬਹੁਤ ਸਮੱਸਿਆ ਮੈਂ ਕਿੰਨੀਆਂ ਕੁ ਸਮੱਸਿਆ ਇਹਨਾਂ ਵਿਚਾਰੇ ਬਾਰਡਰ ਦੇ ਲੋਕਾਂ ਦੀ ਕਰਾਂ ਇੱਥੇ ਇਹਨਾਂ ਦੀ ਕੌਣ ਸੁਣਦਾ ਇਹਨਾਂ ਦਾ ਤਾਂ ਪੁਲ ਵੀ ਪੱਟ ਕੇ ਲਾ ਜਾਣਗੇ ਕਹਿੰਦੇ ਇੱਕ ਹਫ਼ਤੇ ਦੇ 5 ਦਿਨ ਰਹਿ ਗਏ 5-7 ਦਿਨ ਨੂੰ ਪੱਟ ਲਿਆ ਆਣਗੇ ਤੇ ਫਿਰ ਜਿਹੜੀ ਤੁਸੀਂ ਫਸਲਾਂ ਬੀਜੀਆਂ ਪਾਰ ਫਿਰ ਤੁਸੀਂ ਕਿਵੇਂ ਜਾਇਆ ਕਰੋਗੇ ਪਾਰ ਫਿਰ ਕੱਤ ਜਾਇਆ ਕਰੋਗੇ ਪਾਰ ਬੇੜੀਆਂ ਪੂਰੀਆਂ ਲਿਆਵਾਂਗੇ ਜੀ ਆਪਦੀਆਂ ਬੇੜੀਆਂ ਲਿਆਵਾਂਗੇ ਹਾਂਜੀ ਡੁੱਬਦਾ ਬਚਾਉਣਾ ਹੋਵੇ ਇੱਥੇ ਭਾਵੇਂ ਅਸੀਂ ਇੱਥੇ ਡੁੱਬੀਏ ਵਿੱਚ ਤੇ ਭਾਵੇਂ ਕਿਵੇਂ ਮਰਜ਼ੀ ਜਾਣਾ ਹੀ ਪੈਣਾ ਜੀ ਪੈਣਾ ਇੱਥੇ ਟੁੱਟ ਜਾ ਪਾਣੀ ਬੰਦੇ ਡੁੱਬਦੇ ਨਹੀਂ ਹਰ ਵਾਰ ਹੀ ਡੁੱਬਦੇ ਆ ਐਡਾ ਵੱਡਾ ਦਰਿਆ ਟੱਪਣ ਲੱਗਿਆ ਡੁੱਬ ਜਾਂਦੇ ਹੋਣੇ ਬੰਦੇ ਜਾਨਾਂ ਵੀ ਜਾਂਦੀਆਂ ਆਪਦੀ ਜਾਨ ਤੇ ਖੇਡ ਕੇ ਤੁਸੀਂ ਜਦੋਂ 3 ਕਿਲੋਮੀਟਰ ਤੇ ਪਾਣੀ 2-3-4 ਫੁੱਟ ਚ ਆ ਗਿਆ 3 ਕਿਲੋਮੀਟਰ ਬਣ ਜਾਣਾ 3-3 ਕਿਲੋਮੀਟਰ ਤੁਸੀਂ ਤੈਰ ਕੇ ਜਾਂਦੇ ਹੋ ਹਾਂਜੀ ਇਹ ਗੱਲ ਸਹੀ ਹੈ ਵੀ ਇਹ ਦਰਿਆ 3 ਕਿਲੋਮੀਟਰ ਤੈਰ ਕੇ ਜਾਂਦੇ ਤੁਸੀਂ ਆਪਦੀਆਂ ਫਸਲਾਂ ਬਚਾਉਣ ਲਈ ਤੇ ਕਈ ਵਾਰੀ ਬੰਦਾ ਥੱਕ ਕੇ ਡੁੱਬ ਜਾਂਦਾ ਹੁਣ ਡੁੱਬੇ ਬੰਦੇ ਬਹੁਤ ਸ਼ਰਮ ਆਉਣੀ ਚਾਹੀਦੀ ਸਾਡੀਆਂ ਸਰਕਾਰਾਂ ਨੂੰ ਸਰਕਾਰਾਂ ਦਾ ਬੇੜੀਆਂ ਵੀ ਨਹੀਂ ਦਿੰਦੀਆਂ ਆਪਦੇ ਜ਼ਿਮੀਂਦਾਰ ਆਪਦੇ ਖਰਚਿਆਂ ਦੇ ਬੇੜੀਆਂ ਲੈਂਦੀਆਂ ਆਪਦੀਆਂ ਲਿਆਉਣੀਆਂ ਸਰਕਾਰ ਬੇੜੀ ਵੀ ਨਹੀਂ ਦਿੰਦੀ ਹਾਲਤ ਹੈ ਆਹ ਪੱਲੇ ਰੋਟੀਆਂ ਬੰਨੀ ਫਿਰਦੇ ਜੇਬ ਚ ਪਾਈ ਫਿਰਦੇ ਅਚਾਰ ਦੇ ਨਾਲ ਐਚ ਕੋਈ ਸਬਜ਼ੀ ਨੀ ਇਹ ਕਿਸਾਨ ਦੀ ਹਾਲਤ ਹੈ ਸਾਡੇ ਬਾਰਡਰ ਦੇ ਕਿਸਾਨ ਦੀ ਸੋ ਇਹਨਾਂ ਲੋਕਾਂ ਨੂੰ ਜਿਹੜੇ 5.5-5 ਲੱਖ ਪੈਨਸ਼ਨ ਲੈਂਦੇ ਆ ਸ਼ਰਮ ਕਰੋ ਬਾਦਲ ਸਾਹਿਬ ਸ਼ਰਮ ਕਰੋ ਤੇ ਹਰੀ ਕੇ ਹੈਡ ਤੇ ਜਾਂ ਉੱਥੇ ਜਾ ਕੇ ਹੁਸੈਨੀ ਹੈਡ ਤੇ ਛਾਲ ਮਾਰ ਦਿਓ ਸ਼ਹੀਦਾਂ ਦਾ ਨਾਮ ਲਿਖਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ